بسم اللہ الرحمن الرحیم السلام علیکم ورحمۃ اللہ وبرکاتہ میں تہاڈا اپنا ویر ادریس جٹ یوٹیوب چینل ساڈے پنجاب دے رنگ دی طرفوں اج اسیں گل بات کران گے سیف لمبردار انہاں دے کولوں پوچھدے ہاں کہ انہاں نوں شوق کدھاں پیدا ہویا تے کدھے لے ویکھ کے پیدا ہویا ساریاں گلاں فیس ٹو فیس السلام علیکم وعلیکم السلام جی ਹੋਰ ਵੀਰ ਜੀ ਸਿਹਤਾਂ ਤਬੀਤਾਂ ਅਲਹਮਦੁਲਿਲਾ ਵਧੀਆ ਜਨਾਬ ਸਭ ਤੋਂ ਪਹਿਲਾਂ ਤੁਹਾਡਾ ਅਸੀਂ ਸ਼ੁਕਰੀਆ ਅਦਾ ਕਰਦੇ ਹਾਂ ਕਿ ਤੁਸੀਂ ਸਾਨੂੰ ਟਾਈਮ ਦਿੱਤਾ ਵੈਲਕਮ ਜੀ ਅੱਛਾ ਵੀਰ ਜੀ ਇਹ ਦੱਸੋ ਕਿ ਤੁਹਾਡੀ ਉਦੋਂ ਕਿੰਨੀ ਕੁ ਏਜ ਸੀ ਜਦੋਂ ਤੁਸੀਂ ਕਬੱਡੀ ਸ਼ੁਰੂ ਕੀਤੀ ਹੈ ਇਹ ਅਸੀਂ ਮੈਂ ਤੇ ਫਜ਼ਾਲੀ ਦੋਵੇਂ ਜਣੇ ਸੀ ਨਾ 2015 ਦੀ ਗੱਲ ਆ ਅਸੀਂ ਫੁੱਟਬਾਲ ਖੇਡਦੇ ਹੁੰਦੇ ਸੀ ਅੱਲਾ ਜਨਤ ਸੀ ਕਰੇ ਭਾਈ ਤੇਂਬਲ ਨੂੰ ਇਹ 14 ਵੀ ਉਦੋਂ 6ਵਾਂ 7ਵਾਂ ਮਹੀਨਾ ਹੋਣਾ ਉਦੋਂ ਉਹਨੇ ਸਾਨੂੰ ਲਾਇਆ ਜੀ ਕਬੱਡੀ 'ਤੇ ਸਾਡੀਆਂ ਉਦੋਂ 50-50 ਕਿਲੋ ਵਜ਼ਨ ਸੀਗੇ ਅਤੇ ਉਹਨੇ ਕਿਹਾ ਵੀ ਪੁੱਤ ਤੁਸੀਂ ਐਵੇਂ ਫੁੱਟਬਾਲ ਨਾਲ ਮੱਥਾ ਮਾਰਦੇ ਆ ਨਾ ਕੋਈ ਫਾਇਦਾ ਨਾ ਕੋਈ ਫਿਊਚਰ ਆ ਇਸ ਕਰਕੇ ਚੇਂਜ ਕਰੋ ਗੇਮ ਨੂੰ ਤੁਸੀਂ ਮਿਹਨਤ ਵੀ ਕਰਦੇ ਆ ਇੰਨੀ ਸਟਰਗਲ ਕਰਦੇ ਆ ਫਿਰ ਸਾਨੂੰ ਅੱਲਾ ਜੈਂਸੀ ਗੁਰੇ ਭਾਈ ਤੇਂਬਲ ਲੈ ਕੇ ਇਸ ਕਬੱਡੀ ਵੱਲ ਪਹਿਲਾਂ ਥੋੜ੍ਹਾ ਜਿਹਾ ਓਵਰ ਫੀਲ ਹੁੰਦਾ ਸੀ ਵੀ ਯਾਰ ਕਬੱਡੀ ਅਸੀਂ ਖੇਡਾਂਗੇ ਵੇਟ ਦੇ ਨਾਲ ਡਿਪੈਂਡ ਕਰਦਾ ਨਾ ਫਿਰ ਸਟੈਪ ਬਾਈ ਸਟੈਪ ਕਰਦੇ ਰਹੇ ਅਤੇ ਕਬੱਡੀ ਲੱਗ ਗਏ ਖੇਡਣ ਤਕਰੀਬਨ 15 'ਚ ਲੱਗੇ ਸੀ ਮਾਸ਼ਾਅੱਲਾ ਉਦੋਂ ਏਜ ਕਿੰਨੀ ਕੁ ਸੀ ਤੁਹਾਡੀ ਜਦੋਂ ਤੁਸੀਂ ਸ਼ੁਰੂ ਕੀਤੀ ਹੈ ਉਦੋਂ ਕੋਈ 17 ਸਾਲ ਹੋਣੀ ਹੈ ਸਹੀ ਹੈ ਸਕੂਲ ਵੀ ਪੜ੍ਹੇ ਜੇ ਕਿ ਨਹੀਂ ਹਾਂਜੀ ਹਾਂਜੀ ਮੈਟ੍ਰਿਕ ਕੀਤਾ ਮਾਸ਼ਾਅੱਲਾ ਮੈਟ੍ਰਿਕ ਕਲੀਅਰ ਕਿ ਕੋਈ ਕੰਪਾਰਟ ਕੀਤਾ ਉਹਦਾ ਕੌਪੀ ਵਾਲੇ ਕਰਦੇ ਘੱਟ ਹੀ ਆ ਲੰਬੜਦਾਰਾਂ ਦੇ ਬੱਚੇ ਅਕਸਰ ਜਿਹੜੇ ਆ ਉਹ ਇਦਾਂ ਹੀ ਕਰਦੇ ਆ ਮਾਸ਼ਾਅੱਲਾ ਬੜੀ ਗੱਲ ਆ ਜੀ ਅੱਛਾ ਤੁਹਾਡਾ ਉਸਤਾਦ ਕਿਹੜਾ ਉਸਤਾਦ ਰਿਆਜ਼ ਸਾਹਿਬ ਉਸਤਾਦ ਅਸਗਰ ਸੀਗੇ ਉਦੋਂ ਭਾਈ ਤੇਂਬਲ ਸੀਗਾ ਉਸਤਾਦ ਅਸਗਰ ਗੁੱਜਰ ਸਾਰੇ ਸ਼ਗਿਰਦ ਉਹਨਾਂ ਦੇ ਆ ਫਿਰ ਉਸ ਤੋਂ ਬਾਅਦ ਸਾਰੇ ਰਿਆਜ਼ ਸਾਹਿਬ ਆ ਗਏ ਭਾਈ ਤੇਂਬਲ ਫੋਤ ਹੋ ਗਏ ਆ ਫਿਰ ਅਸੀਂ ਸਕੂਲ ਟੀਚਰ ਵੀ ਸਾਡੇ ਉਹ ਸੀ ਉਹਨਾਂ ਨੇ ਸਾਨੂੰ ਗੇਮ ਇੱਥੇ ਤੱਕ ਲੈ ਕੇ ਸਾਰਿਆਂ ਨੂੰ ਮੈਂ ਕਮਾਂਡੋ ਫਜ਼ਾਲੀ ਹੋਰ ਵੀ ਜਿਹੜੇ 40-50 ਮੁੰਡੇ ਹੁੰਦੇ ਆ ਸਾਡੇ ਟੀਚਰ ਅਤੇ ਉਸਤਾਦ ਸਾਡੇ ਰਿਆਜ਼ ਸਾਹਿਬ ਨੇ ਮਾਸ਼ਾਅੱਲਾ ਬੜੀ ਗੱਲ ਹੈ ਅੱਛਾ ਅੱਜ ਤੱਕ ਕੋਈ ਇੰਟਰਨੈਸ਼ਨਲ ਮੈਚ ਵੀ ਖੇਡਿਆ ਮੌਕਾ ਮਿਲਿਆ ਜਾਂ ਨਹੀਂ ਅਜੇ ਨਹੀਂ ਡਿਪਾਰਟਮੈਂਟਾਂ ਤੋਂ ਮੈਂ ਜੁਆਇਨ ਕੀਤਾ ਅਤੇ ਇਸ ਕਰਕੇ ਮੈਂ ਖੁਦ ਨੈਸ਼ਨੈਲਿਟੀ ਹੋਲਡਰ ਹਾਂ ਸਾਊਥ ਅਫਰੀਕਾ ਦਾ ਆਲ ਫੈਮਿਲੀ ਸਾਊਥ ਅਫਰੀਕਾ ਹੁੰਦੀ ਬਸ ਓਨਲੀ ਇੱਕ ਨਾ ਜਿਹਨੂੰ ਆਪਾਂ ਇੰਜੋਏ ਲਈ ਕਹਿ ਲਈਏ ਜੀ ਦੇਖੋ ਹੁਣ ਪਿੰਡ ਰਹਿੰਦੇ ਹਾਂ ਤਾਂ ਕੋਈ ਨਾ ਕੋਈ ਫਿਰ ਉਹਦੇ ਵਿੱਚ ਚਾਹੀਦਾ ਨਾ ਇਸ ਕਰਕੇ ਖੇਡਦੇ ਹਾਂ ਇਸ ਕਰਕੇ ਡਿਪਾਰਟਮੈਂਟ ਸਾਡੇ ਮੇਰੀ ਫੈਮਿਲੀ ਅੱਛਾ ਨਹੀਂ ਸਮਝਦੀ ਡਿਪਾਰਟਮੈਂਟ ਜੁਆਇਨ ਕਰਨਾ ਅੱਗੇ ਆਰਡਰ ਹੋਏ ਸੀ ਸੂਈ ਗੈਸ ਦੇ ਪਰ ਵਾਲ ਸਾਹਿਬ ਨੇ ਕਿਹਾ ਵੀ ਨਹੀਂ ਇਹ ਨਹੀਂ ਤੂੰ ਪਿੰਡ ਰਹਿ ਖੇਡਣੀ ਖੇਡੀ ਜਾ ਪਰ ਕੋਈ ਮਹਿਕਮਾ ਨਹੀਂ ਇਸ ਕਰਕੇ ਨਹੀਂ ਬਾਕੀ ਜਿਹੜੇ ਹੁੰਦੇ ਆ ਮੈਚ ਪਿੰਡਾਂ ਲੈਵਲਾਂ 'ਤੇ ਜਾਂ ਉੱਦਾਂ ਸਾਰੇ ਉਹ ਤਾਂ ਫਿਰ ਖੇਡਦੇ ਸਾਰਿਆਂ ਨੂੰ ਪਤਾ ਹੀ ਹੈ ਖੇਡਦੇ ਰਹੀਦਾ ਹਾਈਟ ਕਿੰਨੀ ਆਪਣੀ ਹਾਈਟ ਮੇਰੀ ਪੂਰੀ 6 ਫੁੱਟ ਮਾਸ਼ਾਅੱਲਾ ਵੇਟ ਵੇਟ ਹੈਗਾ ਤਕਰੀਬਨ 76-77 ਕਿਲੋ ਮਾਸ਼ਾਅੱਲਾ ਅੱਛਾ ਕਿੰਨੇ ਭਾਈ ਜੀ ਤੁਸੀਂ ਅਸੀਂ ਤਿੰਨ ਭਰਾ ਦੂਸਰੇ ਵੀ ਦੋ ਖੇਡਦੇ ਜਾਂ ਨਹੀਂ ਨਹੀਂ ਸਾਡੀ ਪੂਰੀ ਫੈਮਿਲੀ 'ਚੋਂ ਦਾਦੇ ਤੋਂ ਲੈ ਕੇ ਕਿਸੇ ਬੰਦੇ ਨੂੰ ਸ਼ੌਕ ਨਹੀਂ ਇੱਕ ਵਾਹਦ ਪੂਰੀ ਫੈਮਿਲੀ 'ਚੋਂ ਮੈਂ ਹਾਂ ਤੁਹਾਨੂੰ ਸ਼ੌਕ ਕਿੱਦਾਂ ਫਿਰ ਪੈਦਾ ਹੋ ਗਿਆ ਇਹ ਮੇਨ ਚੀਜ਼ ਇਹ ਆ ਕਿ ਪਿੰਡ 'ਤੇ ਡਿਪੈਂਡ ਕਰਦਾ ਪਿੰਡ 'ਤੇ ਇੱਦਾਂ ਆਉਂਦਾ ਕਿ ਸਾਡਾ ਪਿੰਡ ਅਲਹਮਦੁਲਿਲਾ ਅਸੀਂ ਪ੍ਰਾਊਡ ਫੀਲ ਕਰਦੇ ਹਾਂ ਕੋਈ ਨਸ਼ਾ ਨਹੀਂ ਕੋਈ ਇੱਦਾਂ ਦਾ ਚੱਕਰ ਨਹੀਂ ਅਤੇ ਮਾਸ਼ਾਅੱਲਾ ਹਾਕੀ ਹੋ ਗਈ ਕ੍ਰਿਕਟ ਹੋ ਗਈ ਕਬੱਡੀ ਹੋ ਗਈ ਇਹ ਸਟੈਪ ਬਾਈ ਸਟੈਪ ਗੇਮਾਂ ਬਹੁਤ ਮੁੰਡੇ ਸਟਰਗਲ ਕਰਦੇ ਅਤੇ ਆਪਣਾ ਡਿਪਾਰਟਮੈਂਟ ਬਹੁਤ ਜੁਆਇਨ ਕੀਤੇ ਆ ਇਹਦੇ ਨਾਲ ਨਾ ਜਿਹੜੀ ਆਪਾਂ ਗੱਲ ਕੀਤੀ ਜਾਂਦੀ ਮੁਆਸ਼ਰੇ 'ਤੇ ਡਿਪੈਂਡ ਕਰਦੀ ਹੈ ਮੁਆਸ਼ਰਾ ਸਾਡਾ ਮਾਸ਼ਾਅੱਲਾ ਅੱਛਾ ਇਸ ਕਰਕੇ ਅਸੀਂ ਦੇਖ ਦੇਖ ਕੇ ਮੈਂ ਥੋੜ੍ਹਾ ਜਿਹਾ ਘਰ 'ਚੋਂ ਜਿਹਨੂੰ ਅਵਾਰਾ ਕਹਿ ਲਈਦਾ ਸ਼ੁਰੂ ਤੋਂ ਸੀਗਾ ਉਹ ਫਿਰ ਸਕੂਲ ਟਾਈਮ ਖੇਡਦੇ ਸੀ ਸਾਡੇ ਸਕੂਲ 'ਚ ਪੀ ਟੀ ਹੁੰਦੇ ਸੀ ਸਾਰੇ ਆ ਸਾਹਿਬ ਇਹ ਸਾਨੂੰ ਖਿਲਾਉਂਦੇ ਸੀ ਉਦੋਂ ਅਸੀਂ 9th 10th 8 ਅਸੀਂ ਉਦੋਂ ਸੀਗੇ ਅਤੇ ਅਸੀਂ ਉਦੋਂ ਖੇਡਦੇ ਸੀ ਫੁੱਟਬਾਲ ਸਕੂਲ ਤਰਫੋਂ ਖੇਡਦੇ ਸੀ ਉਹੀ ਮੈਂ ਗੱਲ ਕਰ ਰਿਹਾ ਭਾਈ ਤੇਂਬਲ ਜੀ ਉਹ ਕਹਿੰਦੇ ਤੁਸੀਂ ਇੰਨੀ ਸਟਰਗਲ ਵੀ ਕਰਦੇ ਹਾਂ ਯਾਰ ਫਿਰ ਗੇਮ ਫਿਰ ਫੁੱਟਬਾਲ ਜਦੋਂ ਕੋਈ ਫਿਊਚਰ ਹੀ ਹੈ ਨਹੀਂ ਇਸ ਕਰਕੇ ਉਹਨੇ ਸਾਨੂੰ ਚੇਂਜ ਕੀਤਾ ਅਤੇ ਅਸੀਂ ਕਬੱਡੀ ਦੇ ਫਿਰ ਉੱਥੋਂ ਸ਼ੌਕ ਪਿਆ ਫਿਰ ਕਬੱਡੀ ਦਾ ਫਿਰ ਹੌਲੀ 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 ਲੱਗੇ ਰਹੇ ਬੜੀ ਗੱਲ ਆ ਜਿਮ ਸ਼ਿਮ ਵੀ ਕੋਈ ਕਰਦੇ ਜੀ ਕਿ ਨਹੀਂ ਨਹੀਂ ਜਿਮ ਸ਼ਿਮ ਸੋਚਿਆ ਸੀ ਇੱਥੋਂ ਗੋਜਰਾ ਸਾਨੂੰ ਹੈ 13-14 ਕਿਲੋਮੀਟਰ ਪਰ ਇਹ ਭਾਈ ਤੇਂਬਲ ਨੇ ਉਦੋਂ ਗੱਲਾਂ ਜਿਹਨੂੰ ਪੰਜਾਬੀ 'ਚ ਨਹੀਂ ਗੱਲ ਪੱਲੇ ਬੰਨ ਲਈ ਦੀਆਂ ਉਹਨੇ ਗੱਲ ਕਹੀ ਸੀ ਪੁੱਤ ਜਿਮ ਨਹੀਂ ਕਰਨੀ ਜਿਮ ਦੇ ਦੇਖੋ ਜੀ ਕਈ ਕੋਚ ਆ ਕਈ ਪਲੇਅਰ ਆ ਉਹ ਚੀਜ਼ ਨੂੰ ਅੱਛਾ ਕਹਿੰਦੇ ਆ ਵੀ ਜਿਮ ਕਰੋ ਬੰਦੇ ਦੇ ਮਸਲ ਬਣਦੇ ਆ ਹਾਰਡ ਹੁੰਦੇ ਆ ਪਰ ਭਾਈ ਤੇਂਬਲ ਦੇ ਕਹਿਣ ਸੀ ਕਿ ਤੇਰੇ ਜਿਸਮ 'ਚ ਇੱਕ ਲਚਕ ਆ ਜਦੋਂ ਉਹ ਕਰਨੀ ਆ ਨਾ ਜਿਮ ਨਾ ਹਾਰਡ ਹੋ ਜਾਣੀ ਆ ਜਿਹੜੀ ਤੇਰੀ ਸਪੀਡ ਮੁੱਕ ਜਾਣੀ ਆ ਇੱਕ ਟੱਚ ਲਾਉਣ ਦੀ ਹੁੰਦੀ ਆ ਜਾਂ ਉੱਠਣ ਬਹਿਣ ਦੀ ਉਹ ਹਰ ਚੀਜ਼ ਮੁੱਕ ਜਾਣੀ ਇਹ ਪਤਾ ਨਹੀਂ ਮੇਰੇ ਲਈ ਰਾਈਟ ਆ ਜਾਂ ਨਹੀਂ ਪਰ ਮੈਨੂੰ ਇਹ ਯਾਦ ਆ ਕਿ ਮੇਰੇ ਭਾਜੀ ਨੇ ਕਿਹਾ ਸੀ ਨਹੀਂ ਕਰਨੀ ਤੇ ਨਹੀਂ ਕਰਨੀ ਘਰਦਿਆਂ ਨੇ ਕਦੀ ਵਾਲ ਸਾਹਿਬ ਨੇ ਜਾਂ ਘਰ ਦੇ ਭਾਈਆਂ ਨੇ ਕਦੀ ਉਹਨਾਂ ਨੇ ਤੁਹਾਨੂੰ ਡਾਂਟਿਆ ਨਹੀਂ ਕਿ ਯਾਰ ਤੂੰ ਇਹ ਕਿਸ ਕੰਮ 'ਚ ਵੜਿਆ ਹਾਂ ਬਿਲਕੁਲ ਇਹ ਗੱਲ ਪੁਆਇੰਟ ਦੀ ਆ ਜਦੋਂ ਕਿਤੇ ਸੱਟ ਵਗੈਰਾ ਲੱਗ ਜਾਂਦੀ ਹੈ ਨਾ ਉਦੋਂ ਫੈਮਿਲੀ ਦਾ ਕੋਈ ਵੀ ਮੈਂਬਰ ਆ ਉਦੋਂ ਉਹ ਨਾ ਥੋੜ੍ਹਾ ਜਿਹਾ ਗਿਲਟੀ ਫੀਲ ਕਰਦਾ ਯਾਰ ਉਹ ਯਾਰ ਕਿਹੜੇ ਕੰਮੀ ਪੈ ਗਿਆ ਯਾਰ ਦਫਾ ਕਰ ਆ ਕਰ ਉਦੋਂ ਬਹੁਤ ਪ੍ਰਾਊਡ ਫੀਲ ਕਰਦੇ ਆ ਭਾਈ ਮੇਰੇ ਉਹ ਮੇਰਾ ਬੜਾ ਖਿਆਲ ਕਰਦੇ ਆ ਕਹਿਣਗੇ ਵੀ ਖੇਲਦਾ ਵਾ ਗਰਾਊਂਡ ਜਾਂਦਾ ਉਹਦੇ ਪਰ ਚਾਚਾ ਸਾਡਾ ਉਹ ਤਾਂ ਬਹੁਤ ਜ਼ਿਆਦਾ ਧਿਆਨ ਰੱਖਦਾ ਇਸ ਚੀਜ਼ ਦਾ
बाज टाइम ऐसे भी दिन होंगे कि चाचा बाज टाइम ग्राउंड देखने का भी गए भी है ट्रेनिंग की नहीं की अच्छा। हाँ जी ये वल साहब आ मैच सारे देखते दे रहते बहुत ना प्राउड फील करते भी साढ़े चो जवाक खेडता ਇੱਥੇ ਆਪਣਾ ਕਾਰੋਬਾਰ ਕੀ ਹੈ ਪਾਕਿਸਤਾਨ ਦੇ ਵਿੱਚ ਪਾਕਿਸਤਾਨ 'ਚ ਜ਼ਿਮੀਦਾਰ ਅਲਹਮਦੁਲਿਲਾ ਲੰਬੜਦਾਰੀ ਪਿੰਡ ਦੀ ਜ਼ਮੀਨ ਰੱਬ ਨੇ ਚੰਗੀ ਦਿੱਤੀ ਆ ਅਤੇ ਕੁਛ ਡੰਗਰ ਸ਼ੰਗਰ ਐਵੇਂ ਇੱਕ ਇੰਜੋਏ ਆ ਕਰਨ ਲਈ ਬੈਠੇ ਹਾਂ ਵੀ ਆਪਣੇ ਪਿੰਡ ਬੈਠੇ ਹਾਂ ਡੇਰਾਦਾਰੀ ਕਰਕੇ ਬੈਠੇ ਹਾਂ ਬਾਕੀ ਅਲਹਮਦੁਲਿਲਾ ਸਾਊਥ ਅਫਰੀਕਾ ਆਪਣਾ ਬਹੁਤ ਕਾਰੋਬਾਰ ਮਾਸ਼ਾਅੱਲਾ ਸਾਊਥ ਅਫਰੀਕਾ ਕੀ ਕਾਰੋਬਾਰ ਹੈ ਮੋਬਾਈਲਾਂ ਦਾ ਦੁਕਾਨਾਂ ਆਪਣੀਆਂ ਸ਼ੋਪਾਂ ਫੈਮਲੀਆਂ ਪਾਈਆਂ ਦੀਆਂ ਉੱਥੇ ਨੈਸ਼ਨੈਲਿਟੀ ਹੋਲਡਰ ਸਾਰੀ ਫੈਮਲੀ ਸਾਊਥ ਅਫਰੀਕਾ ਹੁੰਦੀ ਮੈਂ ਆਨਲੀ ਇੱਥੇ ਹਾਂ ਸਹੀ ਹੈ ਭਾਈ ਤਜੰਬਲ ਬਾਜਵਾ ਦੇ ਕਿੰਨੇ ਕੁ ਸ਼ਾਗਿਰਦ ਤਕਰੀਬਨ ਇਸ ਪਿੰਡ ਦੇ ਵਿੱਚ जी बिल्कुल पॉइंट का थोड़ा सवाल आ भाई तियंबल के तकरीबन 80 जी अगली पूर आ ना ये सारे भाई तियंबल के शगिरदी आ देखो जी साढ़े पिंड च हर पिंड आ जाता बिलफर इस टाइम माशाला फजाली आ कमांडू आ स्टार प्लेयर हूँ जिन्हें नवे मुंडे नु शौक पैना ना इन्हों तो आना उदो एक भाजी हों ठीक सी इंडोनेशिया फिर मस्कत लग्या एक उहदे नाल ना इक उदो हुण ते मुंडे काफी जा रहे ने खेलण उदो बहुत घट हुंदा सी महकमे वालों खेलना बहुत काम सीगा सानू एक बड़ा प्राउड फील हुंदा सी कि साडा भाजी साडे पिंड दा साडे च बहने वाला एक टीवी आ रहा उदो एक बड़ी यह चीज़ हूँ तो माशाला चैनल आ गया हर बंदा माशाला हूँ कमांडो आ कमांडो साढ़े तो जूनियर आ मिदत फजाल तो असी कुछ 14-15 च लग गए हाँ कमांडो ने स्टार्ट की तकरीबन 17 च कमांडो तो इदा जो फनी डायलॉग नहीं मारते इतना गर्मी आई है इस दफा अल्लाह पाक जी इज्जत हाँ जी तो नहीं कमांडो ने जी माशाला स्ट्रगल भी बहुत की है तो अल्लाह हर कि जो बंद स्ट्रगल करता देखो जी उत्ते तो उन्हें आना ही आना मेहनत के डिपेंड करती हर चीज़ इस करके कमांडो साढ़े ना जूनियर भी है पर बहुत स्पीड नाल माशा लग गया जो पूछिए तू मेडिसन के हवाले के नाल कोई यूज करते ज नहीं करते क्योंकि जो छोटे बच्चे देखते हैं ना उन्हां वास्ते कोई ना कोई टिप्स जोड़े उन्होंने मिलने चाहिए जी बिल्कुल ये मेरे सारे वीर लिए देखो एक बिल्कुल थर्ड क्लास बंद की आप गल कर लें जिन्हों पता नहीं मेडिसन का बस वो एक माइंड यह गल आ कि यार मैं ना एक डब्बा लैना 10,000 का वो खाना तो मैं वेट मारना मैं जिम जिम खेडी जानी ये बिरे जे इदा हो फिर मीर घर के ना मुंडे सारे बहुत वड्डे प्लेयर हो बहुत वेट हो माइंड आ गल गलत आ देखो जी भाजी जिस बंद ने मेहनत करनी है ना उन्हें अगे जाना रहेगी गल फूड अपना इस्तेमाल करनी मेडिसन की मेरे वीर देखो जी मेडिसन तो कोई भी आ नहीं इस्तेमाल करनी जब जे अगर थोड़ा माइंड है ज़्यादा इनू फूड सप्लीमेंट होंगे उन्होंने इस्तेमाल करो फूड सप्लीमेंट कोई गलत चीज़ नहीं ठीक है उन्होंने इस्तेमाल करो जिहड़ा थोड़ा जिमर आ जिहड़ा थोड़ा कोच आ जिदा थोड़ा इस्तेमाल करा आप नहीं उस्ताद बनना फिर वह तो गल है नहीं ना भी वो डब्बा खा लिया तो ट्रेनिंग की नहीं खुराक खाधी नहीं तो मेरे डोले बन जाने तो मैं कबड्डी चंकी भाई भाई इदा नहीं ना हम बंद ने तजे टाइम उठना बंद ने शाम को ग्राउंड जाना बंद ने ट्रेनिंग चंकी करनी शाम को सारा दिन अपना डाइट प्लैन देखना मैं की खा रहा मैं की नहीं खा रहा है फिर वो डिपेंड करता कि यार मैनू वो काम करेगा या नहीं करेगा वो सिर्फ फूड सप्लीमेंट का है कि वह साढ़े मेदे में पावर दिता वा असं कोई खुराक खा रहे हैं सूँ अच्छी तरह लगेगी रहेगी गल जो असं मेडिसन स्टीराइड इस्तेमाल करते हैं या कोई टीके वगैरह वह ना देखो स्टीराइड का फिर नतीजा गल करनी नहीं चाहिए असं प्लेयर हाँ सूँ हर चीज़ का पता हूँ जीडिया डैथा हो रही प्लेयर दियाँ सूँ भी पता ये स्टीराइड हो रही भाजी स्टीराइड गल नहीं कोई करता हूँ देखो ना एक प्लेयर की डैथ हो गई है ये हूँ जे गल की भी जे साडे तो जूनियर मुंडे आ उन्होंने लिया ना ये जिन्या डैथा हो रही स्टीराइड हो रही ये वो देखो अच्छे प्लेयर जे जिन्होंने मेडिसिन यूज़ करनी भी आती है वह भी फस जाते हैं पर गलत गल आ यार देखो जी एक मैच माड़ा खेडिया दो खेड तीन खेड ये नहीं कहना यार मैं फलां टीका लवा ला मैं आ कर ला मैं चंगा मैच खेडूंगा भाजी वो स्टीराइड पॉइंट ना आती है एक पॉइंट दो पॉइंट तीन पॉइंट वादी वादी बंदे नू खत्म कर देंदी है यार लाइफ नाल वध के की आ साडे लोग सोचे जे देखो एक जो मेडिसन इस्तेमाल करके खेलते हैं ना ये भाजी खेलते भी 10 साल हूँ प्लेयर साढ़े सीनियर आ मैं किसी का नाम नहीं लैना जेडे पता ही आ यार प्लेयर कि मेडिसन इस्तेमाल करके आए तो वह फिर पता लग जाता कोई 6-7 महीने यकदम आते हैं मुड़ के सारी लाइफ लिए उन्होंने कहानी गोल हो जाती है इस करके मेडिसन ही यार बिल्कुल गलत चीज़ सुबह जड़ा वा किन्ने बजे उठ के ग्राउंड से जाते जे शाम को किन्ने बजे जाते सुबह भाजी पहले तो नमाज पढ़ के चल जाइए मुरब्बे धारा धूर च हो गए उस तो बाद आई दा वा असी सुबह सारे जने ना फुटबॉल की गेम करते हैं साढ़े पिंड बहुत थोड़ा अगर दसिया ना हाकी फुटबॉल वगैरह असी ठीक ठाक प्लेयर हाँ फुटबॉल मैच फसाले सुबह फुटबॉल की गेम करी दी है फुटबॉल तो आ गए फिर सारा दिन तकरीबन वेले ही थे फुटबॉल च थोड़ी तैयारी है वो बड़ी तैयारी है पर भाजी ये देखने वाला बंदा एक असी फुटबॉल तो हट के गल करिए ना कबड्डी वाले ओनली सानू नहीं खेलना आता
ਉਹ ਵੀ ਬੜੀ ਟ੍ਰੇਨ ਕਰ ਲੈਂਦਾ ਇੱਕ ਬਾਲ ਮਗਰ ਭੱਜਣਾ ਕਮ ਸੇ ਕਮ 20-25 ਤੇ ਬੰਦਾ ਸ਼ੂਟਾਂ ਹੀ ਲਾ ਦਿੰਦਾ ਭਾਜੀ ਤੇ ਜਿਹੜੇ ਬੰਦੇ ਨੂੰ ਖੇਲਣਾ ਆਉਂਦਾ ਵਾ ਫਿਰ ਉਹ ਤੇ ਫਿਰ ਦੇਖੋ ਨਾ ਜੀ ਫਿਰ ਮਿਹਨਤ ਕਿੰਨੀ ਹੁੰਦੀ ਆ ਨਾਲੇ ਸਾਡੇ ਪਿੰਡ 'ਚ ਇਹ ਚੀਜ਼ ਨਹੀਂ ਕਿ ਉਹ ਚਾਰ ਮੁੰਡੇ ਆ ਗਏ ਉਹਨੂੰ ਫੋਨ ਕਰ ਗਰਾਉਂਡੇ ਆ ਜਾ ਯਾਰ ਆਹ ਕਰ ਲਾ ਨਹੀਂ ਨਹੀਂ ਮਾਸ਼ਾਅੱਲਾ ਲਾਈਨ ਲੱਗੀ ਹੁੰਦੀ ਪਲੇਅਰਾਂ ਦੀ ਚੰਗੀ ਜਿੱਦਬਾਜ਼ੀ ਨਾਲ ਅਸੂਲਾਂ ਨਾਲ ਰੂਲਾਂ ਨਾਲ ਗੇਮ ਹੁੰਦੀ ਆ ਮਜ਼ਾ ਆਉਂਦਾ ਇੱਕ ਦਿਲ ਕਰਦਾ ਯਾਰ ਨੈਕਸਟ ਟਾਈਮ ਨਾ ਗਰਾਊਂਡ ਜਾਣ ਨੂੰ ਵੀ ਯਾਰ ਗਰਾਊਂਡ ਚੱਲੀਏ ਯਾਰ ਫਿਰ ਰਹਿ ਗਈ ਗੱਲ ਸ਼ਾਮ ਦੀ ਸ਼ਾਮ ਨੂੰ ਅਸਰ ਤੋਂ ਬਾਅਦ ਜਾਈਦਾ ਵਾ ਗਰਮੀ ਤੇ ਡਿਪੈਂਡ ਕਰਦਾ ਵਾ ਸਰਦੀਆਂ ਨੂੰ 3 ਵਜੇ ਚੱਲ ਜਾਈਦਾ ਵਾ ਮਾਸ਼ਾਅੱਲਾ ਬਹੁਤ ਰੌਣਕ ਹੁੰਦੀ ਆ ਸਾਡੇ ਟੀਚਰ ਅਸੀਂ ਬਹੁਤ ਸ਼ੁਕਰਗੁਜ਼ਾਰ ਆ ਉਹਨਾਂ ਦੇ ਨਾਲ ਦੇ ਪਿੰਡ ਦੇ ਆ 74 ਦੇ ਪਰ ਟਾਈਮ ਪੂਰਾ ਦਿੰਦੇ ਮੈਂ ਕਹਿੰਦਾ ਜਿੰਨੇ ਵੀ ਆ ਮੇਰੀ ਵੀਡੀਓ ਆਪਣੀ ਨੂੰ ਵਾਚ ਕਰਨਗੇ ਸ਼ਾਇਦ ਇਹਨਾਂ ਨੂੰ ਨਾ ਪਤਾ ਹੋਵੇ 74 ਦੇ ਹੋਣ ਹਰ ਬੰਦਾ ਇਹ ਕਹਿੰਦਾ ਕਿ ਮਾਸਟਰ ਆ ਸਭ ਕਾਲੇ 75 ਦੇ ਉਹ ਆਪਣਾ ਕੰਮ ਕਾਰ ਹਰ ਚੀਜ਼ ਛੱਡ ਕੇ ਮਾਸ਼ਾਅੱਲਾ 10-12 ਕਿੱਲੇ ਜ਼ਮੀਨ ਦੇ ਆ 4 ਬੇਟੇ ਆ ਬਾਹਰ 2-3 ਗੱਡੀਆਂ ਰੱਖੀਆਂ ਟਰੈਕਟਰ ਆ ਕੋਠੀ ਸੋਹਣੀ ਪਾਈ ਆ ਬਹੁਤ ਤਗੜੇ ਆ ਪਰ ਜੇ ਫੈਮਿਲੀ ਮੈਂਬਰ ਕੋਈ ਵੀ ਕਾਲ ਕਰੇ ਨਾ ਉਹ ਜੀ ਅੱਬੂ ਜੀ ਉਹ ਇੱਦਾਂ ਕਰਨਾ ਸੀ ਉਹਨੇ ਕਹਿਣਾ ਮੈਂ ਵਿਹਲਾ ਆ ਜਿਹੜੇ 40 ਮੁੰਡੇ ਮੇਰਾ ਕਰਕੇ ਬੈਠੇ ਆ ਤੁਸੀਂ ਆਪਣਾ ਕੰਮ ਕਰੋ ਮੇਰੇ ਕੋਲ ਟਾਈਮ ਨਹੀਂ ਹੈਗਾ ਫਿਰ ਸਾਨੂੰ ਪ੍ਰਾਊਡ ਫੀਲ ਹੁੰਦਾ ਇਦਾਂ ਦੇ ਕੋਚ ਜ਼ਿੰਮੇਦਾਰੀ ਫਿਰ ਉਹਨਾਂ ਦੀ ਮਿਹਨਤ ਉਹਨਾਂ ਦਾ ਸਟਰਗਲ ਅਸੀਂ ਇੱਥੇ ਤੱਕ ਆਏ ਬੜੀ ਗੱਲ ਸਾਰੇ ਬੜੀ ਗੱਲ ਇਹ ਉਹਨਾਂ ਦਾ ਸ਼ੁਕਰਗੁਜ਼ਾਰ ਹਾਂ ਠੀਕ ਹੋ ਗਿਆ ਜਨਾਬ ਇਹ ਸੀ ਆਪਣੇ ਸੈਫ ਲੰਬੜਦਾਰ ਸਾਹਿਬ 75 ਤੋਂ ਅਤੇ ਆਪਣੇ ਤਜੰਬਲ ਬਾਜਵਾ ਭਾਜੀ ਉਹਨਾਂ ਦੇ ਸ਼ਾਗਿਰਦ ਅਤੇ ਠੀਕ ਹੈ ਜ਼ਿੰਦਗੀ ਰਹੀ ਫਿਰ ਮਿਲਾਂਗੇ ਅਤੇ ਤੁਸੀਂ ਆਪਣੇ ਚੈਨਲ ਦਾ ਕੁਛ ਕਹਿਣਾ ਚਾਹੁੰਦੇ ਹੋ ਚੈਨਲ ਸਾਡਾ ਨਾ ਕਰਤਾਰਪੁਰ ਬੋਇਜ਼ ਆ ਅਸੀਂ ਇੱਕ ਵਲੋਗ ਬਣਾਈ ਦੇ ਆ ਇੰਜੋਇਮੈਂਟਲੀ ਦੇਖੋ ਜੀ ਪਿੰਡ ਵਿਹਲਾ ਵੀ ਤਾਂ ਬੰਦਾ ਰਹਿੰਦਾ ਨਾ ਅਸੀਂ ਫਿਰ ਆਪਣੀ ਲਾਈਫ ਦੇ ਬਾਰੇ ਇੱਕ ਸ਼ਾਇਦ ਕਾਫੀ ਜ਼ਿਆਦਾ ਲੋਕ ਜਾਣਦੇ ਵੀ ਆ ਇੱਕ ਸਾਡੀ ਟਿਕਟੋਕ ਦੀ ਆਈਡੀ ਵੀ ਆ ਸੈਫ ਨੰਬਰਦਾਰ 272 ਅਤੇ ਅਸੀਂ ਫਨੀ ਵੀਡੀਓ ਬਣਾਈ ਦੀ ਕਬੱਡੀ ਦੇ ਨਾਲ ਰਿਲੇਟਡ ਜਿੰਨੇ ਵੀ ਲੋਕ ਆ ਮੈਨੂੰ ਤਾਂ ਪੂਰੇ ਤੋਂ ਜਾਣਦੇ ਹੋਣੇ ਪੂਰਾ ਹੁਣ ਥੋੜ੍ਹਾ ਜਿਹਾ ਕੈਮਰਾਮੈਨ ਫਿਲ ਗਿਆ ਹੋਇਆ ਵਾ ਬਾਕੀ ਵੀ ਯੂਟਿਊਬ ਦਾ ਚੈਨਲ ਸਾਡਾ ਕਰਤਾਰਪੁਰ ਬੋਇਜ਼ ਦਾ ਥੈਂਕ ਯੂ ਸਬਸਕ੍ਰਾਈਬ ਕਰੋ ਅਤੇ ਭਾਅ ਜੀ ਉਹਨਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਸਬਸਕ੍ਰਾਈਬ ਕਰੋ ਯਾਰ ਬਹੁਤ ਸਟਰਗਲ ਕਰ ਰਿਹਾ ਇਹ ਜਿਹੜਾ ਬੰਦਾ ਇੰਨੀ ਦੂਰੋਂ ਆਉਂਦਾ ਨਾ ਇਹ ਅਸੀਂ ਫੀਲ ਕਰ ਸਕਦੇ ਹਾਂ ਕਿ ਕਿੱਥੋਂ ਇਹ ਆਏ ਆ ਚੱਲ ਕੇ ਇਸ ਪਹਿਲੇ ਸਾਨੂੰ ਲੱਭਣਾ ਫੋਨ ਕਰਨਾ ਟਾਈਮ ਲੈਣਾ ਇਹ ਬੜੀ ਸਟਰਗਲ ਆ ਤੁਸੀਂ 30 ਸੈਕਿੰਡਾਂ ਦੀ ਜਾਂ ਬਿਲਫਰਦ 5 ਮਿੰਟਾਂ ਦੀ ਵੀਡੀਓ ਦੇਖ ਲਈ ਉਹ ਯਾਰ ਫਲਾਂ ਬੰਦੇ ਨੇ ਇੰਟਰਵਿਊ ਕੀਤਾ ਸੀ ਫਲਾਂ ਦਾ ਕਮਾਂਡੋ ਦਾ ਕੀਤਾ ਸੀ ਫਿਰ ਅਦਾਲੀ ਕੋ ਆਇਆ ਸੀ ਮੇਰੇ ਕੋ ਆਇਆ ਸੀ ਪਰ ਅਗਲੇ ਬੰਦੇ 'ਤੇ ਡਿਪੈਂਡ ਕਰਦਾ ਕਿ ਉਹ ਕਿੱਦਾਂ ਆਇਆ ਕਿੰਨਾ ਖਪਿਆ ਇਹ ਜ਼ਰੂਰੀ ਨਹੀਂ ਨਾਲੇ ਅੱਜ ਸਾਡੇ ਕੋਲ ਆ ਕੇ ਓਵਰ ਕਰ ਦੇਣੀ ਗੇਮ ਪਤਾ ਨਹੀਂ ਕਿੰਨਿਆਂ ਕੋ ਜਾਣਾ ਵਾ ਇਹ ਕਾਹਦੇ ਲਈ ਕਰਦੇ ਆ ਇਹਨਾਂ ਨੂੰ ਇਹ ਚੀਜ਼ ਨਹੀਂ ਹੈਗਾ ਕਿ ਓਨਲੀ ਇਹਨਾਂ ਨੇ ਵਾਚ ਆਪਣਾ ਵਾਚ ਟਾਈਮ ਕਰਨਾ ਵਾ ਜਾਂ ਕੋਈ ਚੀਜ਼ ਆ ਦੇਖੋ ਜੀ ਜੇ ਅਸੀਂ ਆ ਦੇਖੋ ਤੁਸੀਂ ਵੀਡੀਓ ਦੇਖ ਰਹੇ ਆ ਤੁਹਾਡੇ ਲਈ ਕੋਈ ਇਜ਼ਾਫਾ ਹੋ ਰਿਹਾ ਨਾ ਤੁਹਾਡੇ ਲਈ ਤਾਂ ਕਰ ਰਹੇ ਆ ਇਸ ਕਰਕੇ ਮੇਰੇ ਵੀ ਸਾਰੇ ਸਬਸਕ੍ਰਾਈਬ ਕਰੋ ਭਾਅ ਜੀ ਉਹਨਾਂ ਨੂੰ ਅਤੇ ਲਾਈਕ ਕਰੋ ਥੈਂਕ ਯੂ ਮਿਹਰਬਾਨੀ ਜਨਾਬ ਉਹ ਸੈਫੀ ਲੰਬੜਦਾਰ ਦੀ ਪਈ ਹੋਈ ਰੇਡ ਅੱਗੇ ਚੌਵਾਂ ਦੀ ਬੱਜੀ ਹੋਈ ਚੈਨ ਦੇਖਦੇ ਜੀ ਕਿਹੜਾ ਲੱਗਦਾ ਹੈ ਹਾਂਜੀ ਲੱਗਾ ਹੈ ਨਫੀਸ ਗੁੱਜਰ ਸੈਫੀ ਲੰਬੜਦਾਰ ਨੂੰ ਚੌਧਰੀਆਂ ਦਾ ਪੁੱਤਰ ਬੱਲੇ ਬੱਲੇ ਓਏ ਹੋਏ 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 ਬੱਲੇ 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 ਜੀ ਰੇਡ ਮਾਰੀ ਰੇਡ ਆਪਣੀ ਟੀਮ ਮੁਕਾਬਲਾਬਾਦ ਵਾਸਤੇ ਇਧਰੋਂ ਪਈ ਹੋਈ ਹੈ ਕਬੱਡੀ ਸੈਫੀ ਲੰਬੜ ਦੀ ਖੇਡ ਮੈਦਾਨ ਦੇ ਅੰਦਰ ਕਿ ਹੱਠੀ ਪੱਠੀ ਗੱਲ ਚੱਲ ਪੈਂਦੀ ਹੈ ਨਾ ਪਲੇਅਰਾਂ ਦੀ ਸੈਫੀ ਵਰਗੇ ਤੇ ਅਲੀ ਵਰਗੇ ਬੱਬਰ ਸ਼ੇਰਾਂ ਦੀ ਪਈ ਹੋਈ ਕਬੱਡੀ ਦੇ ਉਹ ਸਾਹਮਣੇ ਇਸ ਸਮੇਂ ਕਿਆਰ ਪੰਜਾਬੀ ਲੱਗਾ ਹੈ ਇਸ ਸਮੇਂ ਸਾਧਨ ਹੋ ਗਈ ਆ ਟੱਕਰ ਇੱਕ ਬੰਨੇ ਸ਼ਾਲਾ ਇੱਕ ਬੰਨੇ ਸੈਫੀ ਰੇਡ ਕਹਿੰਦੇ ਪਿੰਡ ਕਾਲਾ 75 ਉਸਤਾਦ ਰਿਆਜ਼ ਜੀ ਜਿਹੜੇ ਗੌਰਮਿੰਟੀ ਟੀਚਰ ਹੈ ਉਹਦੇ ਨਾਲ ਨਾਲ ਕਬੱਡੀ ਦੇ ਵਧਾਅ ਵਾਸਤੇ ਵੀ ਬਹੁਤ ਮਿਹਨਤ ਕਰ ਰਹੇ ਹੈ ਲੋ ਦੂਵੇ ਪਾਸੇ ਰੇਡ ਲੰਬੜਾਂ ਦੇ ਪੁੱਤ ਦੀ ਰਾਣੇ ਪਰਿਵਾਰ ਦਾ ਪੁੱਤ ਪਿੰਡ ਕਾਲੇ 75 ਦੇ ਲੰਬੜਦਾਰ ਲੰਬੜਦਾਰਾਂ ਦਾ ਪੁੱਤ ਸੈਫੀ ਕਹਿੰਦੇ ਲੱਖਾਂ ਦੀ ਪੰਡ ਦਾ ਕਰਦਾ ਹੋਇਆ ਵਾਧਾ ਇਸ ਸਮੇਂ ਖੇਡ ਮੈਦਾਨ ਦੇ ਵਿੱਚ ਦੂਵੇ ਅੰਧਾਰੀ ਜੋੜੇ ਦਾ ਵੀਰਾ ਉਹ ਮਾਰੀ ਸਾਲ ਲੈ ਕੇ ਜ਼ੋਰ ਬੰਦਾ ਨਾਲ ਅੱਖ ਦੀ ਚਮਕ ਨਾਲ ਕਮਾਲ ਕਰ ਰਿਹਾ ਇਹ ਫਰੈਂਡ ਸੈਫੀ ਦਾ ਨਫੀਸ ਗੁੱਜਰ ਸਦਕੇ ਜਾਵਾ ਸਾਡਾ ਵੀਰਾ ਅਤੀਕ ਸ਼ਾਹਦ ਗੁੱਜਰ ਉਹਦਾ ਇਹ ਛੋਟਾ ਵੀਰਾ ਨਫੀਸ ਗੁੱਜਰ ਚੌਰੀ ਸਦੀਕ ਗੁੱਜਰ ਦਾ ਪੁੱਤਰ ਪਰ ਪੁਆਇੰਟ ਰੇਡਰ ਦੇ ਖਾਤੇ ਜੁੜਿਆ ਇਹ ਸਾਡਾ ਕਬੱਡੀ ਕਲੱਬ ਦੇ ਵੱਲੋਂ ਲੋ ਜਵਾਦ ਜੱਟ ਨਾਲ ਟੱਕਰ ਹੋਈ ਆ ਜਵਾਦ ਜੱਟ ਕਹਿੰਦੇ ਮੂਰੇ ਖੜ ਕੇ
हौसला करके पुत्रिया सन सिंगा तो फड़ गए किसे किसे।